ਨਮਸਕਾਰ। ਜੰਮੂ ਕਸ਼ਮੀਰ ਦੀਆਂ ਵਿਸ਼ੇਸ਼ ਸਰਗਰਮੀਆਂ 'ਤੇ ਇੱਕ ਝਲਕ। ਜੰਮੂ ਕਸ਼ਮੀਰ ਲਈ ਵੱਖਰੇ ਸੰਵਿਧਾਨ ਦੀ ਮੰਗ ਜਾਇਜ਼ ਨਹੀਂ। ਜੰਮੂ ਕਸ਼ਮੀਰ ਦੀਆਂ ਨਗਰ ਨਿਗਮ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਸੰਭਵ। 415 ਕਰੋੜ ਨਾਲ ਸੀਮਾਵਰਤੀ ਖੇਤਰਾਂ ਵਿੱਚ ਬੰਕਰ ਬਣਾਉਣ ਦਾ ਕੰਮ ਸ਼ੁਰੂ। ਡਿਵੀਜ਼ਨਲ ਕਮਿਸ਼ਨਰ ਅਨੰਤਨਾਗ ਵੱਲੋਂ ਵਿਕਾਸ ਦੇ ਕੰਮਾਂ ਦਾ ਲਿਆ ਗਿਆ ਜਾਇਜ਼ਾ। ਬਡਗਾਮ ਵਿੱਚ ਮੌਕ ਡਰਿੱਲ ਦਾ ਆਯੋਜਨ। ਜੰਮੂ ਕਸ਼ਮੀਰ ਲਈ ਵੱਖਰਾ ਸੰਵਿਧਾਨ ਹੋਣਾ ਇੱਕ ਐਵੀਰੇਸ਼ਨ ਹੈ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਕਦੇ ਨਹੀਂ ਹੋ ਸਕਦਾ। ਮਿਸਟਰ ਡੋਵਾਲ ਦੇ ਇਹ ਸ਼ਬਦ ਉਦੋਂ ਸਾਹਮਣੇ ਆਏ ਜਦੋਂ ਕਿ ਸੁਪਰੀਮ ਕੋਰਟ ਵਿੱਚ ਆਰਟੀਕਲ 35A ਦੀ ਵੈਧਤਾ ਨੂੰ ਸੰਵਿਧਾਨਿਕ ਚੁਣੌਤੀ ਦਿੱਤੀ ਗਈ ਹੈ, ਜੋ ਕਿ ਜੰਮੂ ਕਸ਼ਮੀਰ ਦੇ ਪੱਕੇ ਰਹਿਣ ਵਾਲਿਆਂ ਨੂੰ ਵਿਸ਼ੇਸ਼ ਅਧਿਕਾਰ ਅਤੇ ਸਹੂਲਤਾਂ ਦੀ ਵਕਾਲਤ ਕਰਦਾ ਹੈ। ਮਿਸਟਰ ਡੋਵਾਲ ਪਹਿਲੇ ਗ੍ਰਹਿ ਮੰਤਰੀ ਸ਼੍ਰੀ ਵੱਲਭ ਭਾਈ ਪਟੇਲ ਦੀ ਲਿਖੀ ਗਈ ਇੱਕ ਕਿਤਾਬ ਦਾ ਵਿਮੋਚਨ ਕਰ ਰਹੇ ਸਨ। ਉਹਨਾਂ ਨੇ ਵੱਲਭ ਭਾਈ ਪਟੇਲ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੀ ਮਜ਼ਬੂਤ ਨਿਰੀਖਣ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਜੰਮੂ ਕਸ਼ਮੀਰ ਵਿੱਚ 4 ਫੇਜ਼ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਚੀਫ ਇਲੈਕਟੋਰਲ ਆਫਿਸਰ ਸ਼ਲਕੀਨ ਕਾਬਰਾ ਵੱਲੋਂ ਕਿਸੇ ਵੇਲੇ ਵੀ ਹੋ ਸਕਦਾ ਹੈ। ਦੇਰ ਸਿਰਫ ਨਗਰ ਨਿਗਮ ਦੀ ਵੋਟਰ ਸੂਚੀ ਛਪਣ ਦੀ ਹੈ, ਜੋ ਕਈ ਕਾਰਨਾਂ ਕਰਕੇ ਲੇਟ ਹੋ ਗਈ ਹੈ। ਇਸ ਤੋਂ ਤੁਰੰਤ ਬਾਅਦ ਲਈ ਕਈ ਵਿਸ਼ੇਸ਼ ਖੇਤਰਾਂ ਵਿੱਚ ਮਾਡਲ ਕੋਡ ਆਫ ਕੰਡਕਟ ਲੱਗ ਜਾਏਗਾ। ਇਸ ਦੀ ਘੋਸ਼ਣਾ ਕਿਸੇ ਵੇਲੇ ਵੀ ਸੰਭਵ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਾਂਤਕ ਪ੍ਰਧਾਨ ਦਵਿੰਦਰ ਸਿੰਘ ਰਾਣਾ ਵੱਲੋਂ ਜੰਮੂ ਦੇ 3 ਰੀਜਨ ਅਤੇ ਸਬ ਰੀਜਨ ਲਈ ਚੁਣੀ ਹੋਈ ਰੀਜਨਲ ਕੌਂਸਲ ਦੀ ਵਕਾਲਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਲੋਕ ਰਾਜਨੀਤਿਕ, ਆਰਥਿਕ ਅਤੇ ਹੋਰ ਮਜ਼ਬੂਤ ਹੋਣਗੇ ਅਤੇ ਇਸ ਨਾਲ ਭੇਦਭਾਵ ਵੀ ਖਤਮ ਹੋ ਜਾਵੇਗਾ। ਨੈਸ਼ਨਲ ਕਾਨਫਰੰਸ ਵੱਲੋਂ ਭਾਰਤੀ ਸੰਵਿਧਾਨ ਦੇ ਅੰਦਰ ਰਹਿ ਕੇ ਜੰਮੂ ਕਸ਼ਮੀਰ ਦੀ ਅਟੋਨਮੀ ਲਈ ਰੋਡ ਮੈਪ ਤਿਆਰ ਕੀਤਾ ਗਿਆ ਹੈ। ਮਿਸਟਰ ਰਾਣਾ ਨੈਸ਼ਨਲ ਕਾਨਫਰੰਸ ਦੇ ਪ੍ਰਾਂਤਕ ਪ੍ਰਤੀਨਿਧੀਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਸੰਬੋਧਿਤ ਕਰ ਰਹੇ ਸਨ। ਜੰਮੂ ਪੁੰਛ ਦੇ ਲੋਕ ਸਭਾ ਕੰਸਟੀਚੂਐਂਸੀ ਦੇ ਮੈਂਬਰ ਪਾਰਲੀਮੈਂਟ ਜੁਗਲ ਕਿਸ਼ੋਰ ਸ਼ਰਮਾ ਵੱਲੋਂ ਸੁਚੇਤਗੜ੍ਹ ਦੇ ਸਾਬਕਾ MLA ਸ਼ਾਮ ਚੌਧਰੀ ਨਾਲ ਸੀਮਾਵਰਤੀ ਖੇਤਰਾਂ ਵਿੱਚ ਪਿੰਡ ਜੋੜਾ ਸੁਚੇਤਗੜ੍ਹ ਦਾ ਦੌਰਾ ਕੀਤਾ ਗਿਆ ਅਤੇ ਬੰਕਰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਸੀਮਾਵਰਤੀ ਖੇਤਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਵਾਰ ਵਾਰ ਘਰ ਛੱਡਣ ਕਾਰਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਕਿਉਂਕਿ ਬਾਰਡਰ 'ਤੇ ਅਕਸਰ ਪਾਕਿਸਤਾਨ ਵੱਲੋਂ ਗੋਲਾਬਾਰੀ ਹੁੰਦੀ ਰਹਿੰਦੀ ਹੈ। ਇਸ ਲਈ ਉਹਨਾਂ ਦੀ ਮੁੱਢਲੀ ਲੋੜ ਹੈ ਕਿ ਉਹਨਾਂ ਦੀਆਂ ਜਾਨ ਅਤੇ ਸਮਾਨ ਦੀ ਸੁਰੱਖਿਆ ਕੀਤੀ ਜਾਵੇ। MLA ਸ਼ਾਮ ਚੌਧਰੀ ਵੱਲੋਂ MP ਸ਼ਰਮਾ ਦਾ ਧੰਨਵਾਦ ਕੀਤਾ ਗਿਆ। MP ਰਾਜ ਸਭਾ ਗੁਲਾਮ ਨਬੀ ਆਜ਼ਾਦ ਵੱਲੋਂ ਰਾਜ ਭਵਨ ਵਿੱਚ ਗਵਰਨਰ ਸ਼੍ਰੀ ਸੱਤਿਆਪਾਲ ਮਲਿਕ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਰਾਜ ਨੂੰ ਦਰਪੇਸ਼ ਸੁਰੱਖਿਆ ਸੰਬੰਧੀ ਚੁਣੌਤੀਆਂ 'ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸੰਬੰਧੀ ਰਾਜ ਵੱਲੋਂ ਕੀਤੇ ਜਾ ਰਹੇ ਉਪਾਵਾਂ ਸੰਬੰਧੀ ਵੀ ਵਿਚਾਰ ਹੋਇਆ। ਗਵਰਨਰ ਵੱਲੋਂ ਸ਼੍ਰੀ ਆਜ਼ਾਦ ਨੂੰ ਭਰੋਸਾ ਦਵਾਇਆ ਕਿ ਰਾਜ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਏਗਾ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰਾਂ ਅਤੇ ਵੋਟਰਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਬਸ਼ੀਰ ਅਹਿਮਦ ਖਾਨ ਵੱਲੋਂ ਡਾਕ ਬੰਗਲਾ ਖਾਨਾਬਾਲ ਵਿਖੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ, ਜਿਸ ਵਿੱਚ R&B, ਐਜੂਕੇਸ਼ਨ, ਹੈਲਥ, PMGSY, ਪਾਵਰ, PHE, ਇਰੀਗੇਸ਼ਨ ਐਂਡ ਫਲੱਡ ਕੰਟਰੋਲ, FCS ਐਂਡ CA ਵਿੱਚ ਚੱਲ ਰਹੇ ਮੈਗਾ ਪ੍ਰੋਜੈਕਟਸ ਦੀ ਪ੍ਰੋਗਰੈਸ ਰਿਪੋਰਟ ਸੰਬੰਧੀ ਰਿਵਿਊ ਕੀਤਾ ਗਿਆ। ਡਿਸਟ੍ਰਿਕਟ ਡਿਵੀਜ਼ਨਲ ਕਮਿਸ਼ਨਰ ਅਨੰਤਨਾਗ ਮੁਹੰਮਦ ਯੂਨਿਸ ਮਲਿਕ ਵੱਲੋਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ ਵੱਖ ਸੈਕਟਰਾਂ ਵਿੱਚ ਕੰਮਾਂ ਦੇ ਵਿਕਾਸ ਸੰਬੰਧੀ ਜਾਣਕਾਰੀ। ਡਿਸਟ੍ਰਿਕਟ ਡਿਵੈਲਪਮੈਂਟ ਕਮਿਸ਼ਨਰ ਬਡਗਾਮ ਡਾਕਟਰ ਸੈਯਦ ਸ਼ਹਿਰੀ ਅਸਕਰ ਵੱਲੋਂ ਗੌਰਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਬਡਗਾਮ ਵਿਖੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕੁਦਰਤੀ ਆਫਤਾਂ ਪ੍ਰਬੰਧਨ ਸੰਬੰਧੀ ਆਯੋਜਿਤ 1 ਰੋਜ਼ਾ ਟ੍ਰੇਨਿੰਗ ਕਮ ਮੌਕ ਡਰਿੱਲ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਗਰਾਮ ਰਾਜ ਵਿੱਚ ਸ਼ੁਰੂ ਕੀਤੇ ਜਾ ਰਹੇ 1-day ਟ੍ਰੇਨਿੰਗ ਕਮ ਮੌਕ ਡਰਿੱਲ ਦਾ ਹਿੱਸਾ ਸੀ, ਜਿਸ ਵਿੱਚ ਪ੍ਰਿੰਸੀਪਲ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਫਾਰੂਕ ਅਹਿਮਦ ਰਾਮਣਾ, ਅਧਿਆਪਕ, ਸਟਾਫ, NGOs ਅਤੇ ਵਿਦਿਆਰਥੀ ਸ਼ਾਮਲ ਸਨ। IGP ਕਸ਼ਮੀਰ ਸ਼੍ਰੀ SP ਪਣੀ ਵੱਲੋਂ ਰਾਜ ਭਵਨ ਵਿਖੇ ਗਵਰਨਰ ਨਾਲ ਮੁਲਾਕਾਤ ਕਰਕੇ ਘਾਟੀ ਵਿੱਚ ਅੰਦਰੂਨੀ ਸੁਰੱਖਿਆ ਦੀ ਸਥਿਤੀ ਸੰਬੰਧੀ ਜਾਣਕਾਰੀ ਦਿੱਤੀ ਗਈ। ਗਵਰਨਰ ਵੱਲੋਂ ਹਰ ਸਥਿਤੀ 'ਤੇ ਕੜੀ ਨਜ਼ਰ ਰੱਖਣ ਦੀ ਹਿਦਾਇਤ ਦਿੰਦਿਆਂ ਸ਼੍ਰੀ ਪਣੀ ਨੂੰ ਕਿਹਾ ਕਿ ਉਹਨਾਂ ਨੇ ਸੁਰੱਖਿਆ ਵਾਲਾਂ ਵੱਲੋਂ ਲੋਕਾਂ ਦੀ ਸਮੱਸਿਆਵਾਂ ਸੰਬੰਧੀ ਸਕਾਰਾਤਮਕ ਰੁੱਖ ਅਪਣਾਇਆ ਜਾਵੇ। ਕਿਸ਼ਤਵਾੜ ਪੁਲਿਸ ਵੱਲੋਂ ਵਾਂਟਡ ਓਵਰਗਰਾਊਂਡ ਵਰਕਰ ਤੌਸੀਫ ਗੁੰਡਾਨਾ ਪੁੱਤਰ ਗੁਲਾਮ ਨਬੀ ਗੁੰਡਾਨਾ ਨੂੰ ਬੰਬ ਧਮਾਕੇ ਦਾ ਦੋਸ਼ੀ ਹੋਣ ਦੇ ਕਾਨੂੰਨ ਤਹਿਤ FIA ਨੰਬਰ 120B, 121, 121A, 4/5 ਅਧੀਨ ਗ੍ਰਿਫਤਾਰ ਕੀਤਾ ਹੈ।
ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀਆਂ ਸਰਗਰਮੀਆਂ ਸਮਾਪਤ ਹੁੰਦੀਆਂ ਹਨ। ਕੱਲ੍ਹ ਫਿਰ ਮੁਲਾਕਾਤ ਹੋਏਗੀ। ਨਮਸਕਾਰ।